आई बिलीव सानू कोल्ड वॉर नहीं रखनी चाहिए किसी वास्ते भी, और हर एक इंसान अपनी किस्मत, अपनी तकदीर और अपने कर्मास लेके आंदा है, और अपने आप ते कॉन्सेंट्रेट करना चाहिए, अपने काम वाल कॉन्सेंट्रेट करना चाहिए और पॉजिटिव रहना चाहिए। बब्बू जी दी बहुत रिस्पेक्ट करती हैं, ही इज़ लाइक अ फैमिली। मैं सिद्धू जी दे नाल भी काम किया है, सो आई रिस्पेक्ट हिम। सिद्धू नू भी बहुत रिस्पेक्ट करती हैं। पंजाबी इंडस्ट्री दे विच गाणियां दा बहुत ही वड्डा किरदार है। गाणियां दे नाल वीडियोज़ आंदियां ने, ते वीडियोज़ दे विच हर तरीके दे नवे तो नवे कंसैप्ट लेके आंदे जो कि लोगों के लिए काफ़ी इंट्रस्टिंग होंदे है। तो इन्हें कंसैप्ट्स दे विच आने वाली शख्सियत जो कि कई सारे पंजाबी गाणियां विच काम कर चुके ने, बॉलीवुड विच भी अपना कदम रख चुके ने, अज साडे नाल मौजूद ने सोनिया मान जी। स्वागत। ਤੁਸੀਂ ਅੱਜ ਲੁਧਿਆਣੇ ਵਿਖੇ ਆਏ ਹੋ ਸਾਡੇ ਕੋਲ ਅਮੂਲ ਪਾਰਲਰਸ ਦੇ ਬ੍ਰਾਂਡ ਅੰਬੈਸਡਰ ਜੀ। ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਇੱਕ ਅਮੂਲ ਪਾਰਲਰਸ ਦੀ ਮੈਂ ਬ੍ਰਾਂਡ ਅੰਬੈਸਡਰ ਹਾਂ, ਔਰ ਲੁਧਿਆਣਾ ਵਿੱਚ ਇਹਨਾਂ ਨੇ ਮੈਨੂੰ ਸੱਦਿਆ। ਔਰ ਬੇਸਿਕਲੀ ਅਮੂਲ ਦੀਆਂ ਆਪਾਂ ਆਈਸ ਕ੍ਰੀਮਸ ਖਾਂਦੇ ਸੀਗੇ, ਇੰਜੋਏ ਕਰਦੇ ਸੀਗੇ, ਮਿਲਕ ਸ਼ੇਕਸ, ਔਰ ਬਹੁਤ ਸਾਰੇ ਨਵੇਂ ਪ੍ਰੋਡਕਟਸ ਆਏ ਨੇ ਅਮੂਲ ਦੇ, ਜਿਵੇਂ ਕਿ ਮੈਂ ਤੁਹਾਨੂੰ ਅੱਜ ਦੱਸੂੰਗੀ ਕਿ ਅਮੂਲ ਪ੍ਰੋ ਚੋਕਲੇਟ ਸ਼ੇਕ ਆ, ਜਿਹੜਾ ਕਿ ਤੁਸੀਂ ਡਾਈਟ ਪਲੈਨ ਕਰ ਸਕਦੇ ਹੋ ਔਰ ਤੁਸੀਂ ਇਹਨੂੰ ਪੀ ਸਕਦੇ ਹੋ, ਔਰ ਬਹੁਤ ਟੇਸਟੀ ਆ। ਮੈਂ ਸਾਰੇ ਯੂਜ਼ ਕੀਤੇ ਆ, ਇਹ ਸ਼ੇਕਸ ਨੇ ਔਰ ਯੋਗਰਟਸ ਨੇ ਔਰ ਵਿਦਾਊਟ ਸ਼ੂਗਰ ਆਈਸ ਕ੍ਰੀਮਸ ਨੇ, ਔਰ ਇਹ ਡਾਇਬਿਟਿਕ ਵਾਸਤੇ ਕੈਮਲ ਮਿਲਕ ਆ ਜਿਹੜਾ ਕਿ ਅਮੁਲ ਨੇ ਲਾਂਚ ਕੀਤਾ ਆ। ਦੇ ਸੋ ਮੈਨੀ ਡਰਾਈ ਸਨੈਕਸ ਆਲਸੋ ਦੇਅਰ ਜਿਹੜੇ ਤੁਸੀਂ ਘਰ ਬਣਾ ਸਕਦੇ ਹੋ, ਔਰ ਵੈਰੀ ਫਰੈਸ਼ ਐਂਡ ਫਰੈਂਚ ਫਰਾਈਜ਼ ਐਂਡ ਰਸਮਲਾਈਜ ਐਵਰੀਥਿੰਗ, ਪੀਜ਼ਾਸ, ਬੇਸਿਕਲੀ ਹਾਊਸ ਪਾਰਟੀਜ਼ ਵਾਸਤੇ। ਲੱਗਦਾ ਤੁਸੀਂ ਬਹੁਤ ਵੱਡੇ ਫੂਡੀ ਹੋ। ਯਾ, ਆਈ ਐਮ ਐਜ਼ ਪੰਜਾਬੀ ਫੂਡੀ ਹੁੰਦੇ ਆ, ਔਰ ਪੰਜਾਬੀਆਂ ਨੂੰ ਖਾਣਾ ਬਹੁਤ ਪਸੰਦ ਹੁੰਦਾ ਆ, ਉਹਨਾਂ ਨੂੰ ਬਸ ਇੱਕ ਮੌਕਾ ਚਾਹੀਦਾ ਹੁੰਦਾ ਆ ਕੋਈ ਵੀ ਮਿੱਠੀ ਚੀਜ਼ ਖਾਣ ਦਾ। ਸੋ ਅਮੁਲ ਬਹੁਤ ਹੀ ਵਧੀਆ ਪ੍ਰੋਡਕਟਸ ਲੈ ਕੇ ਆਇਆ ਹੈ। ਪਹਿਲਾਂ ਅਸੀਂ ਸਿਰਫ ਆਈਸ ਕ੍ਰੀਮਸ ਇੰਜੋਏ ਕਰਦੇ ਸੀਗੇ, ਬਟ ਹੁਣ ਯੋਗਰਟਸ, ਸ਼ੂਗਰ ਫਰੀ ਆਈਸ ਕ੍ਰੀਮਸ, ਪ੍ਰੋਟੀਨ ਸ਼ੇਕਸ, ਡਰਾਈ ਸਨੈਕਸ, ਔਰ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਲਾਈਕ ਆਈ ਐਮ ਅ ਫੇਸ ਆਫ ਅਮੁਲ ਪਾਰਲਰ ਇਨ ਲੁਧਿਆਣਾ ਨਾਓ। ਇਸ ਦੇ ਨਾਲ ਹੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਲੋਕ ਜ਼ਿਆਦਾਤਰ ਜੇ ਮਾਡਲਸ ਦੀ ਗੱਲ ਕਰੀਏ ਤਾਂ ਕਾਫੀ ਡਾਈਟ ਕੌਨਸ਼ੀਅਸ ਰਹਿੰਦੇ ਨੇ, ਹੈ ਨਾ, ਪਰ ਤੁਸੀਂ ਸਵੀਟ ਟੁੱਥ ਲੱਗ ਰਹੇ ਹੋ ਮੈਨੂੰ। ਯਾ, ਮੈਂ ਐਕਚੁਲੀ ਮੇਰੇ ਕੋਲ ਨਹੀਂ ਰਿਹਾ ਜਾਂਦਾ ਖਾਧੇ ਬਗੈਰ, ਮੈਂ ਚੀਟ ਮੀਲ ਕਰ ਦਿੰਦੀ ਹਾਂ, ਬੇਸਿਕਲੀ ਡਾਈਟ ਵੀ ਫੋਲੋ ਕਰਦੀ ਹਾਂ, ਬਟ ਆਈ ਬਿਲੀਵ ਕਿ ਖਾਣਾ ਤੁਹਾਨੂੰ ਸਾਰਾ ਕੁਛ ਚਾਹੀਦਾ ਹੈ, ਉਹਦੇ ਨਾਲ ਤੁਸੀਂ ਕਾਰਡੀਓ ਅਤੇ ਵਰਕਆਊਟ ਦੇ ਉੱਤੇ ਜ਼ਿਆਦਾ ਧਿਆਨ ਰੱਖੋ। ਜੇਕਰ ਇੰਡਸਟਰੀ ਦੀ ਗੱਲ ਕਰੀਏ ਤਾਂ ਕਿੰਨਾ ਤੁਹਾਨੂੰ ਇੰਨਾ ਟਾਈਮ ਹੋ ਗਿਆ ਇੰਡਸਟਰੀ ਦੇ ਵਿੱਚ, ਤੁਸੀਂ ਇੰਨੇ ਹਿੱਟ ਗਾਣੇ ਵੀ ਕੱਢੇ ਨੇ, ਉਸ ਤੋਂ ਨਾਲ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਹੁਣ 2020 ਦੇ ਵਿੱਚ ਹਿਮੇਸ਼ ਰੇਸ਼ਮੀਆ ਦੇ ਨਾਲ ਆਏ ਹੋ, ਸੋ ਕਿਸ ਤਰ੍ਹਾਂ ਤੁਹਾਡੀ ਇਹ ਜਰਨੀ ਜਿਹੜੀ ਹੈ ਉਹ ਚੱਲਦੀ ਆ ਰਹੀ ਹੈ? ਬਹੁਤ ਹੀ ਐਕਸਾਈਟਿੰਗ ਅਪ ਐਂਡ ਡਾਊਨਸ ਵਾਲੀ ਜਰਨੀ ਚੱਲਦੀ ਆਈ ਹੈ ਮੇਰੀ, ਐਂਡ ਆਈ ਐਮ ਵੈਰੀ ਹੈਪੀ ਕਿ ਦੈਟ ਬਾਲੀਵੁੱਡ ਆਲਸੋ, ਮੈਨੂੰ ਬਾਲੀਵੁੱਡ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਔਰ ਪੰਜਾਬੀਆਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ, ਔਰ ਫਿਰ ਚੰਗੇ ਚੰਗੇ ਸੋਹਣੇ ਸੋਹਣੇ ਬ੍ਰਾਂਡਸ ਆ ਰਹੇ ਨੇ। ਬਾਕੀ ਤਾਂ ਮੈਨੂੰ ਅੱਜ ਤੱਕ ਅਸੀਂ ਮੈਂ ਸੂਟਸ ਦੇ ਬ੍ਰਾਂਡਸ ਕੀਤੇ ਨੇ, ਜਾਂ ਫਿਰ ਪਹਿਲੀ ਵਾਰੀ ਹੋਇਆ ਕਿ ਮੈਂ ਕਿਸੇ ਵਧੀਆ ਅਮੂਲ ਬ੍ਰਾਂਡ ਔਰ ਆਈਸ ਕ੍ਰੀਮਸ ਔਰ ਇਹ ਸਾਰਾ ਕੁਛ ਪ੍ਰਮੋਟ ਕਰ ਰਹੀ ਹਾਂ, ਐਂਡ ਆਈ ਫੀਲ ਆਈ ਐਮ ਬਲੈਸਡ। ਬਾਲੀਵੁੱਡ ਦੇ ਵਿੱਚ ਜਦੋਂ ਤੁਸੀਂ ਕਦਮ ਰੱਖਿਆ ਤਾਂ ਬਾਲੀਵੁੱਡ ਇੰਡਸਟਰੀ ਤੋਂ ਸਿਰਫ ਜੇਕਰ ਅਦਾਕਾਰ ਜਾਂ ਸਿੰਗਰਸ ਦੀ ਗੱਲ ਕਰੀਏ ਉਹੀ ਜ਼ਿਆਦਾਤਰ ਦੇਖੇ ਜਾਂਦੇ ਨੇ, ਪਰ ਤੁਸੀਂ ਬਾਲੀਵੁੱਡ ਦੇ ਵਿੱਚ ਆਏ ਹੋ ਤਾਂ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਇਸ ਮੂਵੀ ਦੇ ਨਾਲ, ਹਿਮੇਸ਼ ਰੇਸ਼ਮੀਆ ਜੀ ਦੇ ਨਾਲ, ਅਤੇ ਪੂਰੇ ਬਾਲੀਵੁੱਡ ਨੂੰ ਜੇਕਰ ਅਸੀਂ ਡਿਸਕ੍ਰਾਈਬ ਕਰਨਾ ਹੋਵੇ ਕਿੱਦਾਂ ਰਿਹਾ? ਮੇਰਾ ਉਹਨਾਂ ਨਾਲ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ, ਜਿਵੇਂ ਕਿ ਇਹ ਫਿਲਮ ਮੈਨੂੰ ਜਿਮ ਤੋਂ ਮਿਲੀ ਸੀਗੀ, ਉਹਨਾਂ ਦੀ ਵਾਈਫ ਸੋਨੀਆ ਕਪੂਰ ਨੇ ਮੈਨੂੰ ਜਿਮ 'ਚ ਦੇਖਿਆ ਸੀਗਾ ਔਰ ਆਡੀਸ਼ਨ ਲਈ ਸੱਦਿਆ ਸੀਗਾ, ਐਂਡ ਮੈਂ ਆਡੀਸ਼ਨ ਕਲੀਅਰ ਕੀਤਾ ਅਤੇ ਮਿਲ ਗਈ। ਮੈਂ ਸੋਚਦੀ ਹਾਂ ਕਿ ਮੈਂ ਆਈ ਐਮ ਵੈਰੀ ਲੱਕੀ ਔਰ ਆਈ ਮੇ ਬੀ ਆਈ ਐਮ ਵੈਰੀ ਬਲੈਸਡ ਕਿ ਮੈਨੂੰ ਬਾਲੀਵੁੱਡ ਦੀ ਫਿਲਮ ਐਵੇਂ ਮਿਲ ਗਈ, ਔਰ ਆਉਣ ਵਾਲੇ ਟਾਈਮ 'ਤੇ ਮੇਰੀਆਂ ਦੋ ਹੋਰ ਬਾਲੀਵੁੱਡ ਫਿਲਮਸ ਆ ਰਹੀਆਂ ਨੇ, ਔਰ ਫਿੰਗਰ ਕ੍ਰੋਸ ਕੋਵਿਡ-19 ਛੇਤੀ ਖਤਮ ਹੋਵੇ ਔਰ ਛੇਤੀ ਮੈਂ ਸ਼ੂਟ 'ਤੇ ਜਾਵਾਂ। ਕੋਵਿਡ-19 ਦੇ ਚੱਲਦੇ ਜਿਹੜੇ ਸ਼ੂਟਸ ਨੇ ਉਹ ਕਾਫੀ ਡਿਲੇ ਹੋ ਚੁੱਕੇ ਸੀਗੇ, ਕਾਫੀ ਚੀਜ਼ਾਂ ਦੇ ਕੀ ਇਫੈਕਟ ਲੱਗਿਆ ਤੁਹਾਨੂੰ, ਕੀ ਇਸ ਚੀਜ਼ ਦਾ ਪੈ ਰਿਹਾ ਇੰਡਸਟਰੀ ਦੇ ਉੱਤੇ? ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਹੈ ਕਿਉਂਕਿ ਅਸੀਂ ਸ਼ੂਟਿੰਗ ਨਹੀਂ ਕਰ ਪਾਉਂਦੇ, ਜਿਹੜੀਆਂ ਵੱਡੀਆਂ ਸ਼ੂਟਸ ਆ ਜ਼ਿਆਦਾ ਕਰੂ ਦੇ ਨਾਲ ਤੁਸੀਂ ਸ਼ੂਟ ਨਹੀਂ ਕਰ ਸਕਦੇ, ਔਰ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਬਹੁਤ ਇੰਪੋਰਟੈਂਟ ਆ, ਔਰ ਜ਼ਿਆਦਾਤਰ ਪਿਕਚਰ ਹਾਲਸ ਜਦੋਂ ਤੱਕ ਨਹੀਂ ਖੋਲ੍ਹਦੇ ਉਦੋਂ ਤੱਕ ਸ਼ੂਟਿੰਗ ਫਿਲਮ ਸ਼ੂਟਿੰਗ ਦਾ ਤਾਂ ਕੋਈ ਫਾਇਦਾ ਹੀ ਨਹੀਂ ਆ, ਬਿਕੋਜ਼ ਫਿਲਮ ਤੁਸੀਂ ਕਿਸ ਪਲੈਟਫਾਰਮ ਦੇ ਉੱਤੇ ਰਿਲੀਜ਼ ਕਰੋਗੇ। ਹਾਂ, ਮਿਊਜ਼ਿਕ ਵੀਡੀਓਜ਼ ਅਸੀਂ ਕੱਟ ਕਰੂ ਦੇ ਨਾਲ, ਮੈਂ ਪਿੱਛੇ ਜੇ ਹਰਭਜਨ ਮਾਨ ਦੀ ਵੀਡੀਓ ਸ਼ੂਟ ਕੀਤੀ ਆ, ਔਰ ਅਹਿਨ ਦਾ ਗਾਣਾ ਰਿਲੀਜ਼ ਹੋਇਆ ਉਹ ਕੀਤਾ ਸੀਗਾ, ਮਹਿਤਾਬ ਵਿਰਕ ਦਾ ਕੀਤਾ ਸੀਗਾ, ਸੋ ਆਏ ਕਿ
कीप ऑन वर्किंग इन म्यूजिक वीडियोज़ लाइक है ना भी एक आर्टिस्ट वास्ते घर बहना बहुत औखा हो जाता है हाँ और मैं म्यूजिक वीडियोज़ जो मेरिया सोशल एक्टिविटीज़ जो चलद रहा ने वो मैं करती रहनी हाँ और जो फिर जी न्यूज़ के नाल मैं डिफरेंट जगह के उत्ते विजिट किया सो नाउ आई एम डूइंग अमूल 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 बिल्कुल जी इस दे नाल ही पंजाबी इंडस्ट्री की जेकर गल करिए कोल्ड वॉर्स काफ़ी चलदिया रहा ने तुसी भी सुनिया होगा सोशल मीडिया के उत्ते कन्फ्लिक्ट हर रोज़ चलते रहते हो किस तरीके नाल देखते हो उन्होंने आई बिलीव सानू कोल्ड वॉर नहीं रखनी चाहिए किसी वास्ते भी और हर एक इंसान अपनी किस्मत अपनी तकदीर और अपने कर्मास लेके आता है और अपने आप पर कॉन्सनट्रेट करना चाहिए अपने काम वाल कॉन्सनट्रेट करना चाहिए और पॉजिटिव रहना चाहिए बजाय कि किसी के उत्ते तुसी अपनी एनर्जीज वेस्ट करो वाइल टॉकिंग you know bad about others and thinking about others it's better to concentrate on your own things and put your all energy on your work सुनिया मान जिदा तुसी पहला तुसी सिद्धू मूसे वाले ना काम कर चुके हो राइट ते हुन जड़ी कोल्ड वॉर है बब्बू मान दी ते सिद्धू मूसे वाले दी ये चलदी आ रही है लाइव होके कुछ कमेंट्स आंदे ने थानू किदां दा लगदा कि इंडस्ट्री दे विच अजिहे दो बहुत वधिया कलाकार ने ते उहनां दे विच आपसी सहमति ना होना ਕਿੱਦਾਂ ਤੁਸੀਂ ਵੇਖਦੇ ਹੋ ਕਿ ਫੈਨਸ ਵੱਲੋਂ ਜਿਹੜੀ ਮਿਸਅੰਡਰਸਟੈਂਡਿੰਗ ਹੈ ਹੋਈ ਹੈ ਜਾਂ ਕਿਸ ਚੀਜ਼ ਨੂੰ ਦੇਖਦੇ ਯੂ ਨੋ ਆਈ ਨੋ ਕਮੈਂਟਸ ਬਿਕਾਜ਼ ਮੈਂ ਬੱਬੂ ਜੀ ਦੀ ਬਹੁਤ ਰਿਸਪੈਕਟ ਕਰਦੀ ਹਾਂ ਹੀ ਇਜ਼ ਲਾਈਕ ਅ ਫੈਮਲੀ ਐਂਡ ਮੈਂ ਸਿੱਧੂ ਜੀ ਦੇ ਨਾਲ ਵੀ ਕੰਮ ਕੀਤਾ ਹੈ ਸੋ ਆਈ ਰਿਸਪੈਕਟ ਹਿਮ ਸਿੱਧੂ ਨੂੰ ਵੀ ਬਹੁਤ ਰਿਸਪੈਕਟ ਕਰਦੀ ਹਾਂ ਸੋ ਮੈਂ ਉਹਨਾਂ ਬਾਰੇ ਵੀ ਕੁਛ ਨਹੀਂ ਕਹਿ ਸਕਦੀ ਸੋ ਨੋ ਕਮੈਂਟਸ ਉਹਨਾਂ ਦੀ ਆਪਣੀ ਪਰਸਨਲ ਲਾਈਫ ਆ ਉਹ ਜੋ ਚਾਹੇ ਉਹ ਕਰ ਸਕਦੇ ਆ ਮੈਨੂੰ ਇਹ ਲੱਗਦਾ ਵੀ ਹਰ ਇੱਕ ਇਨਸਾਨ ਦੀ ਆਪਣੀ ਪਰਸਨਲ ਲਾਈਫ ਆ ਉਹ ਕਿਸੇ ਬਾਰੇ ਕਮੈਂਟ ਕਰ ਰਿਹਾ ਜਾਂ ਕਿਸੇ ਬਾਰੇ ਕੀ ਸੋਚ ਰੱਖਦਾ ਆ ਹੈ ਨਾ ਵੀ ਉਹਦੇ ਉੱਤੇ ਅਸੀਂ ਕਮੈਂਟ ਨਹੀਂ ਕਰ ਸਕਦੇ ਦੇ ਬੈਟਰ ਨੋ ਦੇਅਰ ਓਨ ਸਨੈਰੀਓ ਐਂਡ ਸਿਚੁਏਸ਼ਨ ਵਾਈ ਦੇ ਆਰ ਡੂਇੰਗ ਦਿਸ ਸੋ ਜੇਕਰ ਕੁੜੀਆਂ ਦੀ ਗੱਲ ਕਰੀਏ ਕਾਫੀ ਕੁੜੀਆਂ ਮੋਟੀਵੇਟ ਹੁੰਦੀਆਂ ਵੈ ਤੁਹਾਡੇ ਤੋਂ ਬਹੁਤ ਹੁੰਦੀਆਂ ਨੇ ਫੀਮੇਲ ਸਿੰਗਰਸ ਤੋਂ ਅਦਾਕਾਰ ਤੋਂ ਕਾਫੀ ਮੋਟੀਵੇਟ ਹੁੰਦੀਆਂ ਨੇ ਸੋ ਉਹਨਾਂ ਦੇ ਲਈ ਕੀ ਸੁਨੇਹਾ ਲਾਉਣਾ ਚਾਹੋਗੇ ਮੈਂ ਇਹੀ ਸੁਨੇਹਾ ਲਾਉਣਾ ਚਾਹੂੰਗੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਰਹਿਣਾ ਸਿੱਖੋ ਔਰ ਆਪਣੇ ਆਪ 'ਤੇ ਆਤਮ ਵਿਸ਼ਵਾਸ ਰੱਖਣਾ ਸਿੱਖੋ ਨਥਿੰਗ ਇਜ਼ ਇੰਪੋਸੀਬਲ ਇਨ ਦਿਸ ਵਰਲਡ ਜੋ ਤੁਸੀਂ ਚਾਹੋ ਉਹ ਤੁਸੀਂ ਪਾ ਸਕਦੇ ਹੋ ਬਟ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਕਦੀ ਵੀ ਸੋ ਇਹ ਤੁਸੀਂ ਸਾਡੇ ਨਾਲ ਸੋਨੀਆ ਮਾਨ ਜੀ ਜਿਨ੍ਹਾਂ ਨੇ ਕਿਹਾ ਕਿ ਕੁੜੀਆਂ ਨੂੰ ਆਪਣੇ ਆਪ 'ਤੇ ਵਿਸ਼ਵਾਸ ਹੋਣਾ ਕਾਫੀ ਜ਼ਰੂਰੀ ਹੈ ਕਿਉਂਕਿ ਐਟ ਦ ਐਂਡ ਜੇਕਰ ਤੁਸੀਂ ਸਹੀ ਹੋ ਤਾਂ ਤੁਸੀਂ ਸਹੀ ਮੰਨੇ ਜਾਂਦੇ ਹੋ ਪੋਜ਼ਿਟਿਵ ਐਨਰਜੀ ਆਪਣੇ ਆਪ ਦੇ ਲਈ ਕਾਫੀ ਜ਼ਿਆਦਾ ਵਧੀਆ ਹੈ ਕੈਮਰਾਮੈਨ ਗੁਰਦੇਵ ਦੇ ਨਾਲ ਮੈਂ ਸ਼ਿਫਾਲੀ ਦੈਨਿਕ ਸਵੇਰਾ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ